ਇੰਡੀਅਨ ਟਾਈਮਸ ਡੇਲੀ .com ਤੇ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ। ਕੈਨੇਡਾ ਦੀਆਂ 10 ਮੁੱਖ ਖਬਰਾਂ ਹਨ। ਫੈਡਰਲ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਫੈਡਰਲ ਸਰਕਾਰ ਨੂੰ ਅਨੁਰੋਧ ਕੀਤਾ ਹੈ ਕਿ ਓਪੀਓਇਡ ਸੰਕਟ ਨੂੰ ਰਾਸ਼ਟਰੀ ਆਪਦਾ ਘੋਸ਼ਿਤ ਕਰ ਦੇਣ। ਸਿੰਘ ਨੇ ਕਿਹਾ ਹੈ ਕਿ ਉਹਨਾਂ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਓਪੀਓਇਡ ਓਵਰਡੋਸ ਦੀ ਮਹਾਮਾਰੀ ਦੇਖੀ ਹੈ ਅਤੇ ਇਹ ਵੀ ਕਿਹਾ ਹੈ ਕਿ ਨਿਊ ਡੈਮੋਕ੍ਰੈਟ ਨਿੱਜੀ ਰੂਪ ਤੋਂ ਡਰੱਗਸ ਰੱਖਣ ਨੂੰ ਵੈਧ ਬਣਾ ਦੇਣਗੇ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹਾਰਗਨ ਨੇ ਐਨਡੀਪੀ ਦਾ ਆਪਣਾ ਕਨਵੈਨਸ਼ਨ ਲੋਕਾਂ ਦੇ ਉਤਸ਼ਾਹ ਦੇ ਨਾਲ ਸ਼ੁਰੂ ਕੀਤਾ ਪਰ ਛੇਤੀ ਹੀ ਗੰਭੀਰ ਮੁੱਦਿਆਂ ਦੇ ਵੱਲ ਮੁੜ ਗਏ। ਹਾਰਗਨ ਨੇ ਸਾਈਟ ਸੀ ਹਾਈਡਰੋ ਇਲੈਕਟ੍ਰਿਕ ਡੈਮ ਦਾ ਮੁੱਦਿਆ ਚੁੱਕਿਆ ਅਤੇ ਕਿਹਾ ਹੈ ਕਿ ਨਿਊ ਡੈਮੋਕ੍ਰੈਟ ਬੀਸੀ ਦੇ ਇਤਿਹਾਸ ਵਿੱਚ ਸਭ ਤੋਂ ਮੁਸ਼ਕਿਲ ਫੈਸਲਾ ਦਾ ਸਾਹਮਣਾ ਕਰੇਗਾ। ਬ੍ਰਿਟਿਸ਼ ਕੋਲੰਬੀਆ ਦੇ ਅਟਾਰਨੀ ਜਨਰਲ ਡੇਵਿਡ ਈਬੀ ਨੇ ਯੂਨੀਵਰਸਿਟੀ ਆਫ ਵਿਕਟੋਰੀਆ ਦੇ ਬੁਲੇਟਿਨ ਬੋਰਡਸ ਉੱਤੇ ਲੱਗੇ ਪੋਸਟਰਸ ਦੀ ਨਿੰਦਾ ਕੀਤੀ ਹੈ ਜਿਸ ਵਿੱਚ ਸ਼ਵੇਤ ਵਿਰੋਧੀ ਨਫ਼ਰਤ ਦੇ ਖਿਲਾਫ ਲੜਨ ਦੀ ਗੱਲ ਕਹੀ ਹੈ। ਇਹ ਪੋਸਟਰ ਸਾਨੂੰ ਯਾਦ ਦਿਲਾਉਂਦਾ ਹੈ ਕਿ ਨਸਲਵਾਦ ਅਤੇ ਭੇਦਭਾਵ ਨੂੰ ਪਛਾਣ ਕੇ ਉਸਨੂੰ ਖਤਮ ਕਰਨ ਲਈ ਸਾਨੂੰ ਕਿੰਨੇ ਜ਼ਰੂਰੀ ਕੰਮ ਕਰਨੇ ਹਨ। ਯੂਐਨ ਹਾਈ ਕਮਿਸ਼ਨਰ ਫਾਰ ਰੈਫਿਊਜੀਜ਼ ਫਿਲੀਪੋ ਗ੍ਰੈਂਡੀ ਨੇ ਕੈਨੇਡਾ ਦੇ ਰੈਫਿਊਜੀ ਐਫਰਟ ਦੀ ਤਾਰੀਫ ਕੀਤੀ ਹੈ। ਗ੍ਰੈਂਡੀ ਨੇ ਕਿਹਾ ਹੈ ਕਿ ਉਹਨਾਂ ਨੂੰ ਭਰੋਸਾ ਸੀ ਕੈਨੇਡਾ ਰੀਸੈਟਲਮੈਂਟ ਪ੍ਰੋਗਰਾਮਸ ਜ਼ਰੀਏ ਦੂਜੇ ਦੇਸ਼ਾਂ ਦੇ ਰੈਫਿਊਜੀ ਪ੍ਰੋਬਲਮਸ ਨੂੰ ਸਾਂਝਾ ਕਰਨ ਦੀ ਭੂਮਿਕਾ ਨਿਭਾਉਣ ਵਿੱਚ ਹਮੇਸ਼ਾ ਵਾਂਗ ਇੱਕ ਚੈਂਪੀਅਨ ਹੀ ਰਹੇਗਾ। ਸ਼ਨੀਵਾਰ ਨੂੰ ਪ੍ਰਿੰਸ ਜਾਰਜ ਵਿੱਚ ਇੱਕ ਬਹਿਸ ਦੇ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਲਿਬਰਲ ਲੀਡਰਸ਼ਿਪ ਦੇ ਉਮੀਦਵਾਰਾਂ ਨੇ ਰਿਸੋਰਸ ਸੈਕਟਰ ਨੂੰ ਵਧੀਆ ਕਰਨ ਦੇ ਲਈ ਅਤੇ ਪ੍ਰੋਵਿੰਸ ਦੇ ਓਪੀਓਇਡ ਓਵਰਡੋਸ ਸੰਕਟ ਤੋਂ ਨਿਪਟਣ ਦੇ ਲਈ ਆਪਣੇ ਆਪਣੇ ਆਈਡੀਆ ਦਿੱਤੇ ਹਨ। ਕੁਝ ਲੋਕਾਂ ਨੇ ਵਰਤਮਾਨ ਐਨਡੀਪੀ ਸਰਕਾਰ ਦੀ ਨਿੰਦਾ ਕੀਤੀ ਹੈ ਜੋ ਵਿਵਾਦਾਸਪਦ ਸਾਈਟ ਸੀ ਡੈਮ ਪ੍ਰੋਜੈਕਟ ਨੂੰ ਰੱਦ ਕਰਨ ਉੱਤੇ ਵਿਚਾਰ ਕਰ ਰਿਹਾ ਹੈ। ਸੈਸਕੈਚੁਆਨ ਸਰਕਾਰ ਨੇ ਟਰਾਂਸ ਮਾਊਂਟੇਨ ਪਾਈਪਲਾਈਨ ਪ੍ਰੋਜੈਕਟ ਵਿੱਚ ਨੈਸ਼ਨਲ ਐਨਰਜੀ ਬੋਰਡ ਦੀ ਸੁਣਵਾਈ ਦੇ ਲਈ ਇੰਟਰਵੀਨਰ ਸਟੇਟਸ ਦਾ ਆਵੇਦਨ ਦਿੱਤਾ ਹੈ। ਪ੍ਰੋਵਿੰਸ ਨਿਰਾਸ਼ ਹੈ ਕਿ ਬਰਨਬੀ ਇੱਕ ਇਹੋ ਜਿਹੇ ਇੰਡਸਟਰੀ ਦੇ ਖਾਸ ਪ੍ਰੋਜੈਕਟ ਨੂੰ ਜਾਣਬੁੱਝ ਕੇ ਹੌਲੀ ਕਰ ਰਿਹਾ ਹੈ ਜੋ ਗਿਰਦੀ ਹੋਈ ਤੇਲ ਦੀਆਂ ਕੀਮਤਾਂ ਤੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਮੈਨੀਟੋਬਾ ਦੇ ਸਸਟੇਨੇਬਲ ਡਿਵੈਲਪਮੈਂਟ ਮਿਨਿਸਟਰ ਰੋਸ਼ਲ ਸਕੁਆਰਸ ਨੇ ਕਿਹਾ ਹੈ ਕਿ ਪ੍ਰੋਵਿੰਸ ਵਿੱਚ ਉੱਚਾ ਕਾਰਬਨ ਟੈਕਸ ਲਗਾਉਣ ਦਾ ਫੈਡਰਲ ਖੇਡ ਉਲਝਣ ਹੈ। ਸਕੁਆਰਸ ਨੇ ਆਸ਼ਵਾਸਨ ਦਿੱਤਾ ਹੈ ਕਿ ਉਹਨਾਂ ਦੀ ਸਰਕਾਰ ਅਗਲੇ ਸਾਲ $25 ਦੇ ਕਾਰਬਨ ਟੈਕਸ ਲਾਉਣ ਦੇ ਆਪਣੇ ਵਾਅਦੇ ਉੱਤੇ ਅਡਿਗ ਰਹੇਗੀ। ਇੱਕ ਫਲੇਕ ਸੈਲਮਨ ਪ੍ਰੋਡਕਟ ਨੂੰ ਇਸ ਡਰ ਤੋਂ ਵਾਪਸ ਮੰਗਾ ਲਿੱਤਾ ਗਿਆ ਹੈ ਕਿ ਸ਼ਾਇਦ ਉਸ ਵਿੱਚ ਲਿਸਟੇਰੀਆ ਹੈ। ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਘੋਸ਼ਣਾ ਕੀਤੀ ਹੈ ਕਿ ਟਰੂ ਨਾਰਥ ਸੀਫੂਡ ਕੰਪਨੀ ਦੀ ਟੌਪਰ ਸਮੋਕ ਸੈਲਮਨ ਫਲੈਕਸ ਨੂੰ ਬੈਕਟੀਰੀਆ ਤੋਂ ਸੰਕ੍ਰਮਿਤ ਹੋਣ ਦੇ ਡਰ ਤੋਂ ਸਾਰੇ ਸ਼ੈਲਸ ਤੋਂ ਵਾਪਸ ਮੰਗਾਇਆ ਜਾਵੇਗਾ। ਲੈਬਲੋ ਕੰਪਨੀਜ਼ ਲਿਮਿਟਿਡ ਨੇ ਘੋਸ਼ਣਾ ਕੀਤੀ ਹੈ ਕਿ ਉਹਨਾਂ ਦੇ ਸਾਰੇ ਵੱਡੇ ਆਪੂਰਤੀਕਰਤਾਵਾਂ ਨੂੰ ਇੱਕ ਨਵਾਂ ਹੈਂਡਲਿੰਗ ਵੀ ਦੇਣਾ ਹੋਵੇਗਾ। ਜੋ ਆਪੂਰਤੀਕਰਤਾ ਲੈਬਲੋ ਦੇ ਵਿਤਰਨ ਕੇਂਦਰ ਦਾ ਇਸਤੇਮਾਲ ਕਰਦੇ ਹਨ ਉਹਨਾਂ ਨੂੰ ਕੰਪਨੀ ਨੂੰ ਵੇਚੇ ਜਾਣ ਵਾਲੇ ਮਾਲ ਦੀ ਕੀਮਤ ਦਾ 0.79% ਵੀ ਦੇਣਾ ਪਵੇਗਾ ਅਤੇ ਜੋ ਕੰਪਨੀ ਨੂੰ ਡਾਇਰੈਕਟ ਮਾਲ ਵੇਚਦੇ ਹਨ ਉਹਨਾਂ ਨੂੰ 0.24% ਅਦਾ ਕਰਨਾ ਪਵੇਗਾ। ਬਿਜ਼ਨਸ ਗਰੁੱਪਸ ਨੇ ਤਰਕ ਦਿੱਤਾ ਹੈ ਕਿ ਵੇਦ ਮੈਰੀਵਾਨਾ ਦੇ ਨਵੇਂ ਨਿਯਮਾਂ ਦਾ ਵਰਕਪਲੇਸਿਸ ਉੱਤੇ ਕੀ ਅਸਰ ਪਵੇਗਾ ਉਸ ਉੱਤੇ ਵਿਚਾਰ ਕਰਨ ਦੀ ਜ਼ਰੂਰਤ ਹੈ ਅਤੇ ਇੰਪਲੋਇਰਸ ਅਤੇ ਇੰਪਲੋਈਜ਼ ਦੇ ਅਧਿਕਾਰਾਂ ਨੂੰ ਸਪਸ਼ਟ ਕਰਨਾ ਹੋਵੇਗਾ। ਕੰਪਨੀਜ਼ ਨੂੰ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰ ਤੋਂ ਮਾਰਗਦਰਸ਼ਨ ਦੀ ਜ਼ਰੂਰਤ ਹੈ ਕਿ ਇੰਪਲੋਈਜ਼ ਦੀ ਗੋਪਨੀਯਤਾ ਅਤੇ ਵਰਕਪਲੇਸ ਉੱਤੇ ਉਹਨਾਂ ਦੀ ਸੁਰੱਖਿਆ ਦਾ ਸੰਤੁਲਨ ਕਿਵੇਂ ਬਣਾਈ ਰੱਖੇ। ਇਸੇ ਦੇ ਨਾਲ ਸਾਡਾ ਨਿਊਜ਼ ਬੁਲੇਟਿਨ ਹੁਣ ਸਮਾਪਤ ਹੁੰਦਾ ਹੈ ਪਰ ਤੁਸੀਂ ਇੰਡੀਅਨ ਟਾਈਮਸ ਡੇਲੀ ਤੇ ਲੌਗਇਨ ਰਹੋ ਕਿਉਂਕਿ ਅੱਗੇ ਅਸੀਂ ਲੈ ਕੇ ਆ ਰਹੇ ਹਾਂ ਬਾਲੀਵੁੱਡ ਦੀਆਂ ਖਬਰਾਂ। ਇਹਦੇ ਇਲਾਵਾ ਹੁਣ ਇਸ ਪੋਰਟਲ ਤੇ ਅਕਾਊਂਟਿੰਗ ਫਰਮਸ ਤੋਂ ਲੈ ਕੇ ਵੈਡਿੰਗ ਪਲਾਨਰਸ ਤੱਕ ਸਾਰੇ ਕੈਨੇਡੀਅਨ ਬਿਜ਼ਨਸਿਸ ਐਂਡ ਰਿਸੋਰਸਿਸ ਨੂੰ ਲੱਭ ਸਕਦੇ ਹਨ। ਇੰਡੀਅਨ ਟਾਈਮਸ ਡੇਲੀ ਵਿੱਚ ਅਸੀਂ ਸਾਰੇ ਚਾਹੁੰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਸ਼ੁਭ ਤੇ ਖੁਸ਼ਗਵਾਰ ਗੁਜ਼ਰੇ।